ਇਸ ਸਮੇਂ ਦੀ ਵੱਡੀ ਖਬਰ ਲੁਧਿਆਣਾ ਦੇ ਪਿੰਡ ਖੰਡੂਰ ਤੋਂ ਆ ਰਹੀ ਹੈ, ਜਿੱਥੇ ਇੱਕ NRI ਵੱਲੋਂ ਲੋਕਾਂ ਨਾਲ ਕੀਤੀ ਠੱਗੀ ਦਾ ਮਾਮਲਾ ਸਾਹਮਣੇ ਆ ਰਿਹਾ ਹੈ। ਪ੍ਰਾਈਮ ਉਹਦੇ ਦੀ ਸਾਰੀ ਟੀਮ ਵੱਲੋਂ ਅਸੀਂ ਤੁਹਾਨੂੰ ਸਭ ਨੂੰ ਇਹੀ ਬੇਨਤੀ ਕਰਦੇ ਹਾਂ ਕਿ ਤੁਸੀਂ ਵੀ ਕਿਸੇ NRI ਦੇ ਝਾਂਸੇ ਵਿੱਚ ਆਉਣ ਤੋਂ ਪਹਿਲਾਂ ਇੱਕ ਵਾਰ ਜ਼ਰੂਰ ਦੇਖ ਪਰਖ ਲਵੋ ਕਿ ਇਹ ਤੁਹਾਨੂੰ ਲੁੱਟ ਕੇ ਤਾਂ ਨਹੀਂ ਲਿਜਾ ਰਿਹਾ। ਤੁਹਾਨੂੰ ਦੱਸ ਦਈਏ ਕਿ ਦੋਸ਼ੀ ਦਾ ਨਾਮ ਸੰਦੀਪ ਝਾਂਜੀ ਦੱਸਿਆ ਜਾ ਰਿਹਾ ਹੈ, ਜੋ ਕਿ ਆਪਣੇ ਆਪ ਨੂੰ ਕੈਨੇਡਾ ਤੋਂ ਆਇਆ ਦੱਸ ਰਿਹਾ ਹੈ। ਪਿੰਡ ਖੰਡੂਰ ਵਿੱਚ ਉਸਨੇ ਇੱਕ ਫਿਲਮ ਦੀ ਸ਼ੂਟਿੰਗ ਦੇ ਬਹਾਨੇ ਲੋਕਾਂ ਨੂੰ ਗੁੰਮਰਾਹ ਕਰਕੇ ਕਰੀਬ 11 ਲੱਖ ਰੁਪਏ ਦੀ ਠੱਗੀ ਮਾਰ ਕੇ ਫਰਾਰ ਹੋ ਗਿਆ ਹੈ। ਤੁਹਾਡੀ ਜਾਣਕਾਰੀ ਲਈ ਦੱਸ ਦਈਏ ਕਿ ਫਿਲਮ ਦਾ ਨਾਮ ਮੁਹੱਬਤਾਂ ਸੱਚੀਆਂ ਨੇ ਦੱਸਿਆ ਜਾ ਰਿਹਾ ਹੈ। ਪਿੰਡ ਵਾਸੀਆਂ ਦਾ ਇਸ ਘਟਨਾ ਤਹਿਤ ਕੀ ਕਹਿਣਾ ਰਿਹਾ, ਆਓ ਤੁਸੀਂ ਵੀ ਸੁਣੋ। ਮੈਂ ਜਸਪ੍ਰੀਤ ਮਾਨ ਅਤੇ ਅਸੀਂ ਅੱਜ ਇਸ ਖੰਡੂਰ ਪਿੰਡ ਦੇ ਵਿੱਚ ਖੜ੍ਹੇ ਹਾਂ ਅਤੇ ਡਿਸਟ੍ਰਿਕਟ ਲੁਧਿਆਣਾ ਇੱਥੇ ਸ਼ੂਟਿੰਗ ਲਈ ਪਹੁੰਚੇ ਸੀਗੇ। ਸਟੂਡੀਓ 7 ਫਿਲਮਸ ਪ੍ਰੋਡਿਊਸਰ ਐਕਟਰ ਸੰਜੀਵ ਝਾਂਜੀ, ਕੈਨੇਡੀਅਨ ਐਕਟਰ ਆਪਣੇ ਆਪ ਨੂੰ ਦੱਸਦੇ ਨੇ, ਅਤੇ ਇਸ ਪਿੰਡ ਦੇ ਵਿੱਚ ਉਹ 8 ਤਰੀਕ ਤੋਂ ਲਗਾਤਾਰ ਇੱਥੇ ਅਸੀਂ ਅਰੇਂਜਮੈਂਟ ਕਰਕੇ ਦਿੱਤਾ, ਸੁਖਦੇਵ ਸਿੰਘ ਖੰਡੂਰੀਆ ਨੇ ਅਰੇਂਜਮੈਂਟ ਕਰਕੇ ਦਿੱਤਾ ਸਾਰਾ। ਅਤੇ ਇੱਥੋਂ ਉਹ ਜਿੱਦਾਂ ਮੰਨੋ ਟਰਾਂਸਪੋਰਟ, ਫੂਡ, ਹੋਰ ਬਹੁਤ ਲੈਟਿੰਗ ਲੂਟਿੰਗ ਦੇ ਹੋਰ ਬਹੁਤ ਜ਼ਿਆਦਾ ਪੈਸੇ, ਜਿੱਦਾਂ ਨੀਅਰ ਅਬਾਉਟ 11,26,600 ਰੁਪਇਆ ਲੈ ਕੇ ਇੱਥੋਂ ਚਲੇ ਗਏ ਨੇ। ਅਤੇ ਪਿੰਡ ਦੇ ਵਿੱਚ ਹਾਹਾਕਾਰ ਮੱਚੀ ਹੋਈ ਆ, ਪਿੰਡ ਦੇ ਲੋਕ ਬੋਲ ਰਹੇ ਆ, ਦੁੱਧ ਵਾਲੇ ਬੋਲਦੇ ਪਏ ਆ, ਟੈਂਟ ਵਾਲੇ, ਆਹ ਰੋਟੀ ਵਾਲੀਆਂ ਬੀਬੀਆਂ, ਠੀਕ ਆ ਜੀ, ਆਹ ਬਿਸਤਰਿਆਂ ਵਾਲੇ, ਸਾਰਿਆਂ ਦੇ ਮਤਲਬ ਪੈਸੇ ਆ, ਲਾਈਟਿੰਗ ਵਾਲੇ, ਸਾਰਿਆਂ ਦੇ ਪੈਸੇ ਲੈ ਕੇ ਇੱਥੋਂ ਚਲੇ ਗਏ। ਅਤੇ ਇੱਥੋਂ ਜਾ ਕੇ ਉਹਨਾਂ ਨੇ ਪਠਾਨਕੋਟ ਸ਼ੂਟ ਸਟਾਰਟ ਕਰ ਲਿਆ ਵਾ ਦੁਬਾਰੇ, ਜਿਹੜਾ ਪਿਛਲਾ ਸ਼ੂਟ ਰਹਿੰਦਾ ਸੀਗਾ। ਮੈਂ ਜਸਪ੍ਰੀਤ ਮਾਨ, ਅੱਜ ਅਸੀਂ ਪਿੰਡ ਖੰਡੂਰ ਦੇ ਵਿੱਚ ਖੜ੍ਹੇ ਹਾਂ, ਜੋਧਾਂ ਦੇ ਨਾਲ ਡਿਸਟ੍ਰਿਕਟ ਲੁਧਿਆਣਾ ਪੈਂਦਾ ਖੰਡੂਰ ਪਿੰਡ ਦਾ। ਅਤੇ ਇੱਥੇ 8 ਤਰੀਕ ਨੂੰ ਸੰਜੀਵ ਝਾਂਜੀ ਕੈਨੇਡੀਅਨ ਐਕਟਰ ਪ੍ਰੋਡਿਊਸਰ ਆਇਆ ਸੀ ਸ਼ੂਟ ਲਈ, ਅਤੇ ਉਹਨਾਂ ਨੇ ਸਾਨੂੰ ਇੱਥੇ ਅਰੇਂਜਮੈਂਟ ਕਰਨ ਲਈ ਕਿਹਾ ਵੀ ਤੁਸੀਂ ਸਾਰਾ ਅਰੇਂਜਮੈਂਟ ਕਰੋ। ਅਸੀਂ ਉੱਥੇ ਉਹਨਾਂ ਨੂੰ ਕੋਠੀਆਂ ਪ੍ਰੋਵਾਈਡ ਕਰਵਾਈਆਂ, ਠੀਕ ਆ, ਸਾਰੀਆਂ ਲੋਕੇਸ਼ਨਾਂ ਪ੍ਰੋਵਾਈਡ ਕਰਵਾਈਆਂ, ਟਰਾਂਸਪੋਰਟ, ਫੂਡ, ਅਤੇ ਉਸ ਤੋਂ ਬਾਅਦ ਜਿਹੜੇ ਬਿਸਤਰੇ ਨੇ ਉਹ, ਦੁੱਧ, ਸਾਰਾ ਕੁਛ ਅਸੀਂ ਪ੍ਰੋਵਾਈਡ ਕੀਤਾ। ਅਤੇ ਫਿਲਮ ਦਾ ਨਾਂ ਹੈਗਾ ਮੁਹੱਬਤਾਂ ਸੱਚੀਆਂ ਨੇ। ਇੱਥੇ ਉਹਨਾਂ ਦਾ ਸ਼ੂਟ ਚੱਲਦਾ ਰਿਹਾ, ਸਾਰੇ ਪਿੰਡ ਦੇ ਲੋਕ ਗਵਾਹ ਨੇ ਇਸ ਗੱਲ ਦੇ ਵੀ ਦਿਨ ਪੂਰਾ ਰਾਤ ਸ਼ੂਟ ਚੱਲਦਾ ਸੀ ਇੱਥੇ, ਅਤੇ ਉਹ ਪੈਸੇ ਲੈ ਕੇ ਇੱਥੋਂ ਭੱਜ ਚੁੱਕੇ ਨੇ। ਨੀਅਰ ਅਬਾਉਟ 11,26,600 ਰੁਪਇਆ ਜਿਹੜਾ ਹੈਗਾ ਵਾ ਲੋਕਾਂ ਦਾ, ਸਾਰਾ ਉਹ ਲੈ ਕੇ ਭੱਜ ਗਏ ਨੇ। ਅਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਵੀ ਜਿਹੜੀ ਲੋਕਾਂ ਦੀ ਬਣਦੀ ਪੇਮੈਂਟ ਆ ਉਹ ਦਵਾਈ ਜਾਵੇ। ਅਤੇ ਮੈਂ ਐਸੋਸੀਏਸ਼ਨ ਦੇ ਵਿੱਚ ਵੀ ਕੰਪਲੇਂਟ ਕੀਤੀ ਆ, ਮੈਂ ਘੁੱਗੀ ਭਾਅ ਜੀ ਨੂੰ ਕਿਹਾ, ਮਲਕੀਤ ਰੌਣੀ ਜੀ ਨੂੰ ਕਿਹਾ ਵਾ, ਉਹਨਾਂ ਦੇ ਥਰੂ ਅਸੀਂ ਅੱਜ ਪ੍ਰੈਸ ਕਾਨਫਰੰਸ ਕਰਨ ਲੱਗੇ ਹਾਂ। ਅਤੇ ਜੇ ਉਹ ਸਾਡੀ ਹੁਣ ਇਹ ਮੰਗ ਨੂੰ ਨਹੀਂ ਮੰਨਦਾ, ਕੋਈ ਸਾਡੇ ਇਨਸਾਫ ਨਹੀਂ ਦਵਾਉਂਦਾ, ਤਾਂ ਅਸੀਂ ਜਿੱਦਾਂ ਹੁਣ ਜੋਧਾਂ ਥਾਣੇ ਦੇ ਵਿੱਚ ਕੰਪਲੇਂਟ ਕੀਤੀ, ਇਸ ਤੋਂ ਬਾਅਦ ਅਸੀਂ SSP ਦੇ ਪੇਸ਼ ਹੋਵਾਂਗੇ। ਜੇ ਸਾਡੀ ਉੱਥੇ ਵੀ ਸੁਣਵਾਈ ਨਹੀਂ ਹੁੰਦੀ, ਅਸੀਂ ਮੁੱਖ ਮੰਤਰੀ ਤੱਕ ਜਾਵਾਂਗੇ। ਪਰ ਲੋਕਾਂ ਦਾ ਜਿਹੜਾ ਡੁੱਬਿਆ ਪੈਸਾ ਉਹ ਪ੍ਰੋਡਿਊਸਰ ਐਕਟਰ ਸੰਜੀਵ ਝਾਂਜੀ ਨੂੰ ਦੇਣਾ ਪਊਗਾ, ਅਤੇ ਉਹਨਾਂ ਨੂੰ ਜਿਹੜਾ ਹੈਗਾ ਵਾ ਲੋਕਾਂ ਦਾ ਪੈਸਾ ਦੇਣਾ ਚਾਹੀਦਾ, ਅਤੇ ਬਹੁਤ ਮਾੜੀ ਗੱਲ ਆ ਜੀ ਉਹਨਾਂ ਲਈ। ਕੰਪਲੇਂਟ ਕਰਨ ਤੋਂ ਬਾਅਦ ਉਹਨਾਂ ਨੇ ਹੋਰ ਵੀ ਕਿਤੇ? ਹਾਂਜੀ, ਇੱਥੋਂ ਸ਼ੂਟ ਕਰਨ ਤੋਂ ਬਾਅਦ ਉਹ ਚਲੇ ਗਏ ਨੇ ਆਪਣੇ ਡਿਵੀਜ਼ਨ ਨੰਬਰ 1 ਥਾਣਾ ਪੈਂਦਾ ਨੇੜੇ ਪਠਾਨਕੋਟ, ਅਤੇ ਉੱਥੇ ਜਾ ਕੇ ਸ਼ੂਟ ਕਰਨ ਲੱਗ ਗਏ। ਅਤੇ ਮੈਂ ਜੋਧਾਂ ਥਾਣੇ ਤੋਂ ਇੱਕ ਪਰਵਾਨਾ ਲੈ ਕੇ ਉੱਥੋਂ ਫੋਰਸ ਲੈ ਕੇ ਅਸੀਂ ਗਏ ਸੀ, ਅਤੇ ਉੱਥੇ ਰੇਡ ਕੀਤੀ ਹੋਟਲ ਦੇ ਵਿੱਚ ਜਾ ਕੇ। ਅਤੇ ਉੱਥੇ ਰੇਡ ਕਰਨ ਤੋਂ ਬਾਅਦ ਸੰਜੀਵ ਝਾਂਜੀ ਨੇ ਸਾਨੂੰ ਦੇਖਿਆ ਅਤੇ ਉੱਥੋਂ ਫਰਾਰ ਹੋ ਗਿਆ, ਅਤੇ ਜਿਹੜੀ ਬਾਕੀ ਟੀਮ ਆ ਉੱਥੇ ਸੀ ਪਰ ਉਹਨੇ ਆ ਕੇ ਪਰਵਾਨੇ ਦੇ ਉੱਤੇ ਸਾਈਨ ਨਹੀਂ ਕੀਤੇ ਅਤੇ ਫਿਰ ਉੱਥੋਂ ਫਰਾਰ ਹੋ ਗਿਆ। ਮੈਂ ਤੋਂ ਸਾਰੀ ਅਕਾਊਂਟ ਡਿਟੇਲ ਲਈ ਵੀ ਤੈਨੂੰ ਅਸੀਂ ਕੈਸ਼ ਨਹੀਂ ਪੈਸੇ ਦੇਵਾਂਗੇ, ਸਾਰਿਆਂ ਦੇ ਅਕਾਊਂਟ 'ਚ ਪਾਵਾਂਗੇ। ਅਤੇ ਨਾਲ ਨਾਲ ਪਾਉਂਦੇ ਰਹੇ ਨੇ, ਬਲਕਿ ਥੋੜ੍ਹੇ ਜਿਹੇ ਪੈਸੇ ਪਾਏ ਆ, 5-7 ਦਿਨਾਂ ਜਿਹੜੇ ਪੈਸੇ ਉਹਨਾਂ ਨੇ ਪਾਏ ਸੀਗੇ, ਅਤੇ ਉਸ ਤੋਂ ਬਾਅਦ ਪੈਸੇ ਦੇਣੇ ਬੰਦ ਕਰਤੇ ਅਤੇ ਐਂਡ 'ਤੇ ਇੱਥੋਂ ਭੱਜ ਹੀ ਗਏ। ਹਾਂਜੀ ਭਾਅ ਜੀ, ਮੇਰਾ ਨਾਮ ਸੁਖਦੇਵ ਸਿੰਘ ਖੰਡੂਰ ਆ ਜੀ, ਮੈਂ ਇਸੇ ਪਿੰਡ ਖੰਡੂਰ ਦਾ ਵਸਨੀਕ ਹਾਂ। ਅਤੇ ਇੱਥੇ ਥੋੜ੍ਹੇ ਦਿਨ ਪਹਿਲਾਂ ਤਕਰੀਬਨ 8 ਤਰੀਕ ਨੂੰ ਇੱਥੇ ਫਿਲਮ ਬਣਾਉਣ ਦੇ ਵਾਸਤੇ ਪ੍ਰੋਡਿਊਸਰ ਸੰਜੀਵ ਝਾਂਜੀ ਆਏ,
ਉਹਨਾਂ ਨੇ ਸਾਡੇ ਨਾਲ ਗੱਲਬਾਤ ਕੀਤੀ ਅਤੇ ਪਿੰਡ ਦੇ ਵਿੱਚ ਜਿੰਨਾ ਵੀ ਪ੍ਰਬੰਧ ਕੀਤਾ ਉਹ ਮੇਰੇ ਅੰਡਰ ਹੀ ਹੋਇਆ। ਪਿੰਡ ਦੇ ਵਿੱਚ ਜੋ ਵੀ ਲੋਕੇਸ਼ਨਾਂ ਦਿੱਤੀਆਂ ਗਈਆਂ, ਖਾਣ ਪੀਣ ਵਾਸਤੇ ਜੋ ਵੀ ਬੁੜੀਆਂ ਦਾ ਅਰੇਂਜਮੈਂਟ ਕਰਿਆ ਗਿਆ, ਸਮਾਨ ਦਾ ਅਰੇਂਜਮੈਂਟ ਕਰਿਆ ਗਿਆ, ਰਹਿਣ ਵਾਸਤੇ ਕੋਠੀਆਂ ਦਾ ਅਰੇਂਜਮੈਂਟ ਕਰਿਆ ਗਿਆ, ਉਹ ਸਾਰਾ ਮੇਰੇ ਵੱਲੋਂ ਕੀਤਾ ਗਿਆ ਸੀ। ਅਤੇ ਜਿਹੜਾ ਕਿ ਉਹਨਾਂ ਦੇ ਵਿੱਚੋਂ ਥੋੜ੍ਹੇ ਥੋੜ੍ਹੇ ਪੈਸੇ ਸੰਜੀਵ ਝਾਂਦੀ ਟਾਈਮ ਟਾਈਮ 'ਤੇ ਪੇ ਕਰਦਾ ਰਿਹਾ, ਪਰ ਜ਼ਿਆਦਾ ਨਹੀਂ ਕਰੇ। ਉਹਨੇ ਹਰੇਕ ਵਾਰੀ ਕੋਈ ਬਹਾਨਾ ਨਵਾਂ ਹੀ ਹੁੰਦਾ ਸੀਗਾ ਜੀ, ਮੇਰੀ ਕੈਨੇਡਾ ਤੋਂ ਟ੍ਰਾਂਜੈਕਸ਼ਨ ਆ, ਅੱਜ ਰਾਤ ਨੂੰ ਹੋਊਗੀ, ਕੱਲ੍ਹ ਸਵੇਰੇ ਹੋਊਗੀ, ਪਰ ਕਦੇ ਵੀ ਉਹਨਾਂ ਨੇ ਟਾਈਮ 'ਤੇ ਪੈਸੇ ਨਹੀਂ ਦਿੱਤੇ। ਅਤੇ ਜਦੋਂ ਲਾਸਟ ਦੇ ਦਿਨਾਂ ਵਿੱਚ ਪੈਸੇ ਜ਼ਿਆਦਾ ਇਕੱਠੇ ਹੋ ਗਏ ਤਾਂ ਤਕਰੀਬਨ 10-11 ਲੱਖ ਦੇ ਨੇੜੇ ਚਲਿਆ ਗਿਆ, ਅਤੇ ਉਹਨਾਂ ਤੋਂ ਮੰਗ ਕੀਤੀ ਗਈ ਕਿ ਭਾਈ 2 ਦਿਨ ਦਾ ਛੂਟ ਰਹਿ ਗਿਆ, ਤੁਸੀਂ ਸਾਡੇ ਪੈਸੇ ਪੇ ਕਰੋ। ਅਤੇ ਇੱਥੇ ਬਿਨਾਂ ਦੱਸੇ ਜਿਹੜੀ ਤੁਸੀਂ ਮਗਰ ਕੋਠੀ ਦੇਖ ਰਹੇ ਹੋ, ਇਹਦੇ ਵਿੱਚੋਂ ਸਾਰੇ ਗੇਟ ਖੁੱਲ੍ਹੇ ਛੱਡ ਕੇ ਬਿਨਾਂ ਕਿਸੇ ਨੂੰ ਇਨਫੋਰਮ ਕੀਤੇ ਭੱਜ ਗਿਆ। ਅਤੇ ਸਾਡੀ ਗੁਜ਼ਾਰਿਸ਼ ਹੈ ਕਿ ਸੰਜੀਵ ਝਾਂਜ ਨੂੰ ਆ ਕੇ ਸਾਡੇ ਨਾਲ ਗੱਲ ਕਰਨੀ ਚਾਹੀਦੀ ਔਰ ਜਿਹੜੇ ਬਣਦੇ ਪੈਸੇ ਆ ਉਹ ਦੇਣੇ ਚਾਹੀਦੇ ਆ ਤਾਂ ਕਿ ਕੋਈ ਗੱਲ ਸਿਰੇ ਸਿਰਾਣੇ ਲੱਗ ਸਕੇ। ਭਾਅ ਜੀ ਪੈਸੇ ਇਹਨਾਂ ਦੇ ਵਿੱਚ ਟਰਾਂਸਪੋਰਟ ਦੇ ਪੈਸੇ ਹੈਗੇ ਆ ਤਕਰੀਬਨ 50,000 ਦੇ ਨੇੜੇ ਤੇ, ਉਹ ਤੋਂ ਬਾਅਦ ਜਿਹੜੇ ਆਰਾਮ ਕਰਨ ਵਾਸਤੇ ਬਿਸਤਰੇ ਲਿਆਉਂਦੇ ਗਏ ਸੀ, ਬਿਸਤਰਿਆਂ ਵਾਲਿਆਂ ਦਾ ਹੈਗਾ 40-45,000 ਰੁਪਇਆ। ਉਹਦਾ ਜਿਹੜੀਆਂ ਬੁੜੀਆਂ ਖਾਣਾ ਤਿਆਰ ਕਰਦੇ ਸੀ ਉਹਨਾਂ ਬੁੜੀਆਂ ਦੇ ਪੈਸੇ, ਜਿਹਨਾਂ ਦੇ ਵਿਚਾਰਿਆਂ ਦੇ 350 ਰੁਪਏ ਦਿਹਾੜੀ ਸੀ, ਉਹਨਾਂ ਦੇ ਪੈਸੇ ਵੀ ਲੈ ਕੇ ਭੱਜ ਗਿਆ। ਅਤੇ ਲੋਕਲ ਕਰਿਆਨਾ ਸਟੋਰ ਉਹਨਾਂ ਦੇ ਪੈਸੇ ਆ ਜੀ, ਜਿਹਦੇ ਵਿੱਚ ਸਾਡੀਆਂ ਫੀਸਾਂ, ਮੇਰੀ ਟੀਮ ਦੀਆਂ ਪੂਰੀ ਦੀਆਂ ਫੀਸਾਂ ਨੇ, ਅਤੇ ਕਾਸਟਿਊਮ ਡਾਇਰੈਕਟਰ ਹੋ ਗਏ ਉਹ ਕੁੜੀ ਦੇ ਵੀ ਕਾਫੀ ਪੈਸੇ ਆ, ਜਿਹਦੇ ਵਿੱਚ ਲਾਈਟਿੰਗ ਵਾਲਿਆਂ ਦੇ ਪੈਸੇ ਆ, ਕੈਮਰਾਮੈਨ ਦੇ ਪੈਸੇ ਆ, ਤਕਰੀਬਨ ਰਲਾ ਮਿਲਾ ਕੇ 10 ਲੱਖ ਦੇ ਨੇੜੇ ਤੇੜੇ ਪੈਸੇ ਆ ਜੀ ਉਹਦੇ ਵੱਲੋਂ। ਸਾਡੀ ਟੀਮ ਦੇ ਨਾਲ ਜਿਹੜੇ ਟੀਮ ਦੇ ਹੈਡ ਹੈ ਜਸਪ੍ਰੀਤ ਮਾਨ, ਉਹਨਾਂ ਨਾਲ ਕੰਟਰੈਕਟ ਹੋਇਆ ਸੀ ਉਹਨਾਂ ਦਾ। ਹਾਂਜੀ ਮੈਨੂੰ ਪਰਮਜੀਤ ਆ ਜੀ, ਮੈਂ 8 ਤਰੀਕ ਦੀ ਲੱਗੀ ਹੋਈ ਹਾਂ, ਮੈਨੂੰ 6-7 ਦਿਨਾਂ ਦੇ ਪੈਸੇ ਦਿੱਤੇ ਨੇ, ਬਾਕੀ ਮਿਲੇ ਨਹੀਂ ਹੈਗੇ ਪੈਸੇ। ਰੋਟੀ ਬਣਾਉਣ ਵਾਲੀਆਂ, ਖਾਣਾ ਖੁਣਾ ਬਣਾਇਆ ਵਾ ਉਹਨਾਂ ਦਾ, ਟਾਈਮ ਟਾਈਮ ਸਾਰ ਰੋਟੀ ਮਿਲਦੀ ਸੀ ਉਹਨਾਂ ਨੂੰ, ਆਏ ਨਹੀਂ ਹੈਗਾ ਵੀ ਮਿਲਦੀ ਨਹੀਂ ਸੀਗੀ। ਹਾਂਜੀ ਬਹੁਤ ਕਿਹਾ ਵੀਰ ਜੀ ਉਹਨਾਂ ਨੂੰ ਵੀ, ਕਿਹਾ ਇਹਨਾਂ ਨੂੰ ਸਾਰਿਆਂ ਨੂੰ ਕਿਹਾ, ਇਹ ਸਾਰੇ ਕਹਿੰਦੇ ਵੀ ਸੀ ਬਹੁਤ। ਸੱਤ ਦਿਨਾਂ ਦੇ ਪੈਸੇ ਦਿੱਤੇ ਮਗਰੋਂ ਜਿਹੜੇ ਸੀਗੇ ਲੈ ਕੇ ਭੱਜ ਗਏ, ਅੱਜ ਦਿੰਦੇ ਸਵੇਰ ਦਿੰਦੇ ਆ, ਪੁਲਿਸ ਨੂੰ ਵੀ ਰਿਪੋਰਟ ਦਿੱਤੀ ਆ, ਪੁਲਿਸ ਕਰੀ ਆ ਉਹਨਾਂ ਨੇ ਗੱਲ, ਕਹਿੰਦੇ ਵੀ ਸਾਨੂੰ ਗਾਹਾਂ ਤੋਂ ਮਿਲਣਗੇ, ਅਸੀਂ ਤੁਹਾਨੂੰ ਫੇਰ ਦੇਵਾਂਗੇ। ਇਹਨਾਂ ਨੇ ਪੁਲਿਸ ਰਿਪੋਰਟ ਵੀ ਕੀਤੀ ਤੇ ਉੱਥੇ ਜਾ ਕੇ ਵੀ ਆਏ ਨੇ ਦੇ ਕੇ 50,000 ਰੁਪਇਆ ਦਿੱਤਾ ਉਹਨਾਂ ਨੂੰ ਰਿਸ਼ਵਤ ਦੇ ਕੇ ਚਲੇ ਗਏ। ਹੁਣ ਪਤਾ ਨਹੀਂ ਗਾਹਾਂ ਪਠਾਨਕੋਟ ਗਏ, ਉੱਥੇ ਸ਼ੂਟਿੰਗਾਂ ਸੀ, ਉੱਥੋਂ ਵੀ ਭੱਜ ਗਏ। ਹੁਣ ਇਹ ਵੀ ਕੀ ਕਾਰਨ, ਇਹ ਹੁਣ ਉਹਨਾਂ ਦੇ ਮਗਰ ਫਿਰਦੇ ਆ, ਪੈਰਵਾਹੀ ਕਰਦੇ, ਹਜੇ ਕਿਤੇ ਨਹੀਂ ਸਾਨੂੰ ਮਿਲੇ ਹੈਗੇ, ਕਿਸੇ ਨੂੰ ਨਹੀਂ ਮਿਲੇ ਹੈਗੇ। ਠੰਡੇ ਪਾਣੀ 'ਚ ਹੱਥ ਪਾਉਣਾ, ਰੋਜ਼ ਆ ਕੇ ਭਾਂਡੇ ਮਾਂਜਣੇ, ਇਹਨਾਂ ਨੇ ਖਾਣਾ ਬਣਾਉਣਾ ਸਾਰੀ ਦਿਹਾੜੀ, ਸਾਡੀ ਇੱਥੇ ਨਿਕਲ ਜਾਂਦੀ ਸੀਗੀ। ਸਾਨੂੰ ਹਜੇ ਕੋਈ ਪੈਸਾ ਨਹੀਂ ਦਿੱਤਾ ਹੈਗਾ, 6-7 ਦਿਨਾਂ ਤੋਂ ਬਾਅਦ ਹੋਰ ਕੋਈ ਪੈਸਾ ਨਹੀਂ ਦਿੱਤਾ ਉਹਨਾਂ ਨੇ। ਸਾਡੇ ਨਿਆਣੇ ਭੁੱਖੇ ਮਰਦੇ ਆ, ਅਸੀਂ ਤਾਂ ਕੰਮ ਕਰਨਾ ਉਹੀ ਖਾਣਾ ਵਾ, ਅਸੀਂ ਹੁਣ ਦੱਸੋ ਕੀ ਕਰੀਏ। ਸਾਨੂੰ ਕੋਈ ਮਹੀਨਾ ਹੋਣੇ ਚਾਹੀਦੇ, ਸਾਨੂੰ ਪੈਸੇ ਮਿਲਣੇ ਚਾਹੀਦੇ ਆ। ਤੁਹਾਨੂੰ ਕਿੰਨੇ ਪੈਸੇ ਮਿਲੇ ਹੁਣ ਤੱਕ? ਸਾਨੂੰ 7 ਦਿਨਾਂ ਦੇ ਪੈਸੇ ਮਿਲੇ ਵੀਰੇ। ਸਾਨੂੰ ਟੋਟਲ ਕਿੰਨੇ ਸੀਗੇ ਤੁਹਾਡੇ? ਸਾਡੇ 8 ਤਰੀਕ ਤੋਂ ਲੈ ਕੇ 4 ਤਰੀਕ ਤੱਕ ਦਿਹਾੜੀ ਸੀ, 350-350। ਹੈਲੋ, ਸਤਿ ਸ਼੍ਰੀ ਅਕਾਲ ਜੀ, ਮੈਂ ਸੰਦੀਪ ਸਿੰਘ, ਪਿੰਡ ਖੰਡੂਰ, ਜ਼ਿਲ੍ਹਾ ਲੁਧਿਆਣਾ। ਅਤੇ ਅਸੀਂ ਇੱਥੇ ਜੀ ਫਿਲਮ ਦੀ ਸ਼ੂਟ ਹੋ ਰਹੀ ਸੀ ਸਾਡੇ ਪਿੰਡ ਖੰਡੂਰ ਵਿੱਚ, ਅਤੇ ਕੋਈ ਸੰਜੀਵ ਝਾਂਜੀ ਆ ਜਗਰਾਓਂ ਤੋਂ, ਐਕਟਰ ਵੀ ਆ, ਪ੍ਰੋਡਿਊਸਰ ਵੀ ਆ, ਸਾਰਾ ਕੁਛ ਹੀ ਆ। ਅਤੇ ਅਸੀਂ ਤਕਰੀਬਨ 22 ਤਰੀਕ ਤੋਂ 21 ਤਰੀਕ ਤੋਂ ਲੱਗੇ ਸੀਗੇ, ਅਤੇ ਜਿਹਦੇ ਵਿੱਚ ਸਾਨੂੰ 2 ਕੁ ਦਿਨਾਂ ਦੀ ਪੇਮੈਂਟ ਆਈ ਆ, ਬਾਕੀ ਸਾਡਾ ਯਾਨੀ 50,000 ਰੁਪਇਆ ਅਜੇ ਰਹਿੰਦਾ ਜੀ। ਅਤੇ ਤਕਰੀਬਨ ਅਸੀਂ ਦਿਨ ਪੋ ਰਾਤ ਕੰਮ ਕਰਿਆ ਉਹਨਾਂ ਨਾਲ, ਅਤੇ ਸਵੇਰੇ 6 ਵਜੇ ਚਲੇ ਜਾਂਦੇ ਜੀ, ਅਤੇ ਰਾਤ ਨੂੰ ਤਕਰੀਬਨ ਤੜਕੇ 5 ਵਜੇ ਆਉਂਦੇ ਸੀ ਵਾਪਸ ਜੀ, ਸਵੇਰੇ ਫਿਰ 7 ਵਜੇ ਚਲੇ ਜਾਂਦੇ ਜੀ। ਸਾਡੀ ਮਿਹਨਤ ਦਾ ਕੋਈ ਕਦਰ ਨਹੀਂ ਪਈ, ਅਤੇ ਆਪਦੇ ਤੇਲ ਵੀ ਅਸੀਂ ਪੱਲੇ ਫੂਕਿਆ ਸੀ ਸਾਰਾ ਕੁਝ, ਪਰ ਸਾਨੂੰ ਅਜੇ ਤੱਕ ਕੁਛ ਮਿਲਿਆ ਨਹੀਂ। ਅਤੇ ਜਦੋਂ ਪੈਸਿਆਂ ਦੀ ਮੰਗ ਕਰੀ ਅਤੇ
ਉਹ ਅੱਧਾ ਬੋਰੀਆ ਬਹਿਤਰਾ ਗੋਲ ਕਰਕੇ ਭੱਜ ਗਏ ਇੱਥੋਂ, ਅਤੇ ਬਾਅਦ 'ਚੋਂ ਥਾਣੇ ਜਾ ਕੇ ਰਿਪੋਰਟ ਕਰਾਈ ਸਾਡੇ 'ਤੇ ਵੀ ਸਾਨੂੰ ਤੰਗ ਕਰਦੇ ਆ, ਸਾਨੂੰ ਮਾਰਨ ਪੈ ਗਏ, ਕੁੱਟਣ ਪੈ ਗਏ, ਪਰ ਇਹ ਗੱਲ ਗਲਤ ਆ ਜੀ ਉਹਨਾਂ ਵਾਸਤੇ। ਅਸੀਂ ਦਿਨ ਪੂਰਾ ਰਾਤ ਉਹਨਾਂ ਲਈ ਕੰਮ ਕਰਿਆ, ਪਰ ਸਾਡਾ ਕੰਮ ਤਾਂ ਕੋਈ ਮੁੱਲ ਨਹੀਂ ਪਿਆ ਪਾਇਆ ਉਹਨਾਂ ਨੇ ਅੱਜ ਤੱਕ। ਅਤੇ ਮੁੜ ਕੇ ਹੁਣ ਵੀ ਜਦੋਂ ਜਾਂਦੇ ਹਾਂ ਨਾ ਥਾਣੇ ਵਾਲੇ ਕੋਲ ਕਰਦੇ ਆ, ਅਤੇ ਬਾਕੀਆਂ ਦਾ ਕਰਨਾ ਕੀ ਆ ਜੀ, ਬਾਕੀ ਬਾਅਦ ਸਾਰੀ ਟੀਮ ਭੱਜੀ ਫਿਰਦੀ ਹੈ ਮਗਰ ਉਹਨਾਂ ਦੇ, ਪਰ ਉਹ ਸਾਨੂੰ ਕੋਈ ਰਾਹ ਨਹੀਂ ਦੇ ਰਹੇ। ਇੱਥੋਂ ਕੰਮ ਛੱਡ ਕੇ ਉਹਨਾਂ ਨੇ ਆਪਦੀ ਸ਼ੂਟਿੰਗ ਗਾਹਾਂ ਜਾ ਕੇ ਆਪਦਾ ਕੰਮ ਤਾਂ ਸ਼ੁਰੂ ਕਰ ਲਿਆ, ਮਗਰ ਇਹ ਨਹੀਂ ਦੇਖਿਆ ਵੀ ਬੰਦੇ ਜਿਹੜੇ ਸਾਡੇ ਨਾਲ ਇੰਨਾ ਟਾਈਮ ਤੋਂ ਲੱਗੇ ਆ ਦਿਨ ਪੂਰਾ ਰਾਤ ਤੁਰੇ ਫਿਰੇ ਆ, ਪਰ ਉਹਨਾਂ ਦਾ ਕੋਈ ਗੁਣ ਨਹੀਂ ਪਾਇਆ ਜੀ ਉਹਨਾਂ ਨੇ। ਉਹ ਆਪਦਾ ਕੰਮ ਉਵੇਂ ਚਲਾ ਰਹੇ ਆ, ਕਦੇ ਪਠਾਨਕੋਟ ਚਲੇ ਜਾਂਦੇ ਆ, ਕਦੇ ਕਿਤੇ ਸ਼ੂਟ ਕਰਦੇ ਆ, ਅਤੇ ਸਾਨੂੰ ਕੋਈ ਉਹਨਾਂ ਨੇ ਰਾਹ ਸਾਥ ਦਿੱਤਾ ਨਹੀਂ ਹੈਗਾ। ਇਸੇ ਕਰਕੇ ਹਾਰ ਕੇ ਸਾਨੂੰ ਜੀ ਤੁਹਾਡੇ ਤੁਹਾਡਾ ਜ਼ਰੀਆ ਲੈਣਾ ਪਿਆ ਪ੍ਰੈਸ ਦਾ, ਅਤੇ ਜੇ ਤੁਹਾਡੀ ਆਵਾਜ਼ ਤੁਸੀਂ ਸਾਡਾ ਸਾਥ ਦੇਵੋਗੇ ਤਾਂ ਸਾਨੂੰ ਸ਼ਾਇਦ ਕੁਛ ਮਿਲ ਸਕੇ, ਨਹੀਂ ਸਾਡੇ ਕੋਲ ਤਾਂ ਜਿਹੜਾ ਪੱਲਿਆਂ ਸੀਗਾ ਅਸੀਂ ਉਹ ਵੀ ਖਰਚੀ ਬੈਠੇ ਹਾਂ ਜੀ। ਕੰਪਲੇਂਟ ਦੀ ਕਈ ਸਾਡੀ ਸਾਰੀ ਟੀਮ ਗਈ ਸੀਗੀ ਥਾਣੇ, ਪਰ ਕੰਪਲੇਂਟ ਦਾ ਕੋਈ ਅਸਰ ਨਹੀਂ ਹੋਇਆ ਉੱਥੇ ਜਾ ਕੇ। ਉਹ ਤਾਂ ਆਪਦਾ ਕੰਮ ਕਰੀ ਜਾ ਰਿਹਾ ਵੈਸੇ ਹੀ, ਉਹ ਤਾਂ ਇੱਥੋਂ ਚੱਕਿਆ ਉਹਨਾਂ ਨੇ ਬੋਰੀਆ ਬਿਸਤਰਾ, ਉਹਦਾ ਆਪਦਾ ਜਾ ਕੇ ਸ਼ੂਟ ਕਰਨ ਲੱਗ ਗਏ ਉੱਥੇ। ਅਸੀਂ ਇੱਥੇ ਜਿਹੜਾ ਮਾੜਾ ਮੋਟਾ ਸਾਡੇ ਕੋਲ ਕੰਮ ਸੀਗਾ ਉਹ ਵੀ ਕੰਮ ਸਾਡਾ ਰਹਿ ਗਿਆ, ਇਹ ਦਿਨ ਪੂਰਾ ਮਗਰ ਤੁਰੇ ਫਿਰਦੇ ਹਾਂ, ਕਦੇ ਕਿਤੇ ਜਾਂਦੇ ਹਾਂ, ਕਦੇ ਕਿਤੇ ਜਾਂਦੇ ਹਾਂ, ਪਰ ਸਾਡਾ ਕੋਈ ਮੁੱਲ ਨਹੀਂ ਪੈ ਰਿਹਾ ਨਾ ਸਾਡੇ ਕੋਲ ਹੁਣ ਰੁਪਈਆ ਬਚਿਆ ਕੋਈ, ਅਤੇ ਹੁਣ ਰੁਪਈਏ ਸਾਡੇ ਸਾਰੇ ਉਹ ਲੈ ਕੇ ਭੱਜ ਗਏ। ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਸੁਖਦੀਪ ਸਿੰਘ, ਮੇਰਾ ਲੁਧਿਆਣੇ ਆ ਕਮੈਂਟ ਗਰੇਵਾਲ ਸਿੰਘ ਨੇ ਲਾਈਟ ਦੇ ਨਾਮ ਤੋਂ, ਅਤੇ ਇਹ ਆਪਣਾ ਮੁਹੱਬਤ ਸੱਚੀਆਂ ਨੇ ਫਿਲਮ ਦਾ ਨਾਮ ਆ ਜਿਹਦੇ ਵਿੱਚ ਸਾਡੀ ਲਾਈਟ ਆਈ ਸੀਗੀ। ਅਤੇ ਇੱਥੇ 14 ਦਿਨ ਸ਼ੂਟ ਚੱਲਿਆ ਇਹਨਾਂ ਦਾ, ਡੇ ਨਾਈਟ ਕੰਮ ਹੋਇਆ, ਅਤੇ ਉਹਨਾਂ ਨੇ ਮਤਲਬ ਕਿ 2,00,000 ਰੁਪਇਆ ਰਹਿੰਦਾ ਸੀਗਾ ਅਜੇ ਪੇਮੈਂਟ, ਅਤੇ ਉਹ ਲੈ ਕੇ ਫਰਾਰ ਹੋ ਗਏ। ਅਤੇ ਲਾਈਟ ਮੈਂ ਇਹਨਾਂ ਦੀ ਨਾਈਟਾਂ ਦੀਆਂ ਪਈਆਂ ਨੇ ਅਜੇ ਸ਼ਿਫਟਾਂ ਜਿਹੜੀਆਂ, ਅਤੇ ਬਾਕੀ ਉਹਨਾਂ ਦੀ ਅਜੇ ਕਾਫੀ ਦਿਹਾੜੀਆਂ ਬਾਕੀ ਨੇ, ਮੇਰੀ ਕਾਫੀ ਸ਼ੂਟ ਦੀ ਪੇਮੈਂਟ ਬਾਕੀ ਹੈ, ਬਾਕੀ ਹੋਰ ਸਾਰੇ ਪਿੰਡ ਦੇ ਉਰੇ ਇਕੱਠੇ ਹੋਏ ਆ ਅੱਜ ਜਿਨ੍ਹਾਂ ਦੀਆਂ ਪੇਮੈਂਟਾਂ ਬਾਕੀ ਨੇ। ਦੱਸੋ ਕੁਛ ਹੁਣ ਤੁਹਾਡੀ ਉਹਨਾਂ ਨਾਲ ਕੋਈ ਗੱਲ ਨਹੀਂ ਹੋਈ? ਮੇਰੇ ਹੋਏ ਨੇ ਕਿ ਪਹਿਲਾਂ 3 ਫਿਲਮਾਂ ਕੀਤੀਆਂ ਨੇ ਅਤੇ ਸਾਡੀ ਪੇਮੈਂਟ ਬਹੁਤ ਵਧੀਆ ਹੋਈ ਆ, ਸੈੱਟ ਦੀ ਹੋਈ ਆ, ਅਤੇ ਉਹਦੇ ਤੋਂ ਬਾਅਦ 'ਚੋਂ ਉਹਨਾਂ ਨੇ ਮੈਨੂੰ ਬੁਕਿੰਗ ਦਿੱਤੀ ਸੀ ਝਾਂਜੀ ਭਾਅ ਜੀ ਨਾਲ ਗੱਲ ਕਰਾਈ ਸੀ, ਅਤੇ ਪਰ ਪੇਮੈਂਟ ਨਹੀਂ ਹੋਈ ਹੈ, ਅਤੇ ਕਿ ਪਹਿਲੀ ਵਾਰ ਉੱਦਾਂ ਹੋਇਆ ਜਸਪ੍ਰੀਤ ਮਾਨ ਦੇ ਸੈੱਟ 'ਤੇ, ਨਹੀਂ ਤਾਂ ਅਸੀਂ ਪਹਿਲਾਂ 3 ਫਿਲਮਾਂ ਕੀਤੀਆਂ ਨੇ, ਸਾਨੂੰ ਕੋਈ ਦਿੱਕਤ ਨਹੀਂ ਆਈ ਇਹਨਾਂ ਦੀਆਂ। ਚੌਥੀ ਨਹੀਂ, ਉਸ ਤੋਂ ਬਾਅਦ 'ਚੋਂ ਫੋਨ ਨਹੀਂ ਚੱਕ ਰਹੇ ਉਹ। ਪ੍ਰਾਈਮ ਉਹਦੇ ਲਈ ਕੈਮਰਾਮੈਨ ਦਵਿੰਦਰ ਦੇ ਨਾਲ HS ਗੰਭੀਰ ਦੀ ਰਿਪੋਰਟ।